ਤੁਸੀਂ ਜਿੱਦਾਂ ਦਾ ਮੂੰਹ ਮੂਹਰੇ ਕਰਦੇ ਹੋ ਸਾਨੂੰ ਵੀ ਫਿਰ ਉੱਦਾਂ ਦੀ ਚਪੇੜ ਮਾਰਨੀ ਪੈਂਦੀ ਆ, ਸਾਨੂੰ ਵੀ ਉਸ ਹਿਸਾਬ ਦੇ ਨਾਲ ਢਾਲਣਾ ਪੈਂਦਾ ਜਿੱਦਾਂ ਦੀ ਤੁਸੀਂ ਗੱਲ ਮੂਹਰੇ ਕਰਦੇ ਹੋ। ਜੇ ਫੁੱਲ ਮਾਰੂੰਗੇ ਤਾਂ ਭਾਈ ਫੁੱਲ ਮਾਰਾਂਗੇ, ਜੇ ਤੁਸੀਂ ਕੰਢਿਆਂ ਵਾਲੇ ਫੁੱਲ ਮਾਰੂੰਗੇ ਤਾਂ ਅਸੀਂ ਤੁਹਾਡੇ ਸਲਵਾਰ ਪਵਾ ਕੇ ਗਮਲੇ ਵਾਲਾ ਫੁੱਲ ਮਾਰਾਂਗੇ, ਨਾਲੇ ਗਮਲੇ ਦਾ ਭਾਰ ਕਿੰਨਾ ਹੁੰਦਾ ਦੇਖ ਲਓ, ਬਾਹਲਾ ਉੱਤੋਂ ਨਹੀਂ ਸੁੱਟਾਂਗੇ ਨੇੜਿਓਂ ਸੁੱਟਾਂਗੇ, ਜਿਹੜਾ ਉੱਤੋਂ ਸੁੱਟਦੇ ਹਾਂ ਕਈ ਵਾਰੀ ਪ੍ਰੈਸ਼ਰ ਘੱਟ ਜਾਂਦਾ ਵਾ, ਨੇੜਿਓਂ ਸੁੱਟੀਏ ਤਾਂ ਭਾਰ ਪੂਰੇ ਨਾਲ ਗਮਲਾ ਸਿਰ ਤੇ ਵੱਜਦਾ। ਸੋ ਅੱਜ ਕਈਆਂ ਨੂੰ ਗੁੱਸਾ ਲੱਗਣਾ ਵਾ, ਕਈਆਂ ਨੂੰ ਬਹੁਤ ਪਿਆਰ ਜਾਗਦਾ ਵਾ, ਆਪਦੇ ਇਹਨਾਂ ਨੂੰ ਬਗਾਨੇ ਲੱਗਦੇ ਆ, ਬਗਾਨੇ ਇਹਨਾਂ ਨੂੰ ਆਪਣੇ ਲੱਗਦੇ ਆ। ਉਹਨਾਂ ਲਾਂਤਿਆਂ ਲੋਕਾਂ ਤੋਂ ਬਚੋ ਜਿਨ੍ਹਾਂ ਨੂੰ ਨਾ ਆਪਣੇ ਬਗਾਨੇ ਲੱਗਦੇ ਆ, ਇਹ ਲੋਕ ਕਿਸੇ ਦੇ ਸਕੇ ਨਹੀਂ ਹੈਗੇ। ਇਹ ਬਹਿੰਦੇ ਆ ਬਰੋਡਾਂ ਖੋਲ੍ਹ ਕੇ, ਤਿੰਨ ਤਿੰਨ ਚਾਰ ਚਾਰ ਸੌ ਬੰਦਾ, ਅਤੇ ਫਿਰ ਗੱਲਾਂ ਸੁਣਨ ਵਾਲੀ ਹੁੰਦੀ ਇਹਨਾਂ ਦੀਆਂ। ਭਾਈ ਤੁਸੀਂ ਜਿਹੜੇ ਟਿਕਟੋਕ 'ਤੇ ਗੱਲਾਂ ਕਰਦੇ ਹੋ, ਤੁਹਾਡੇ ਨਾਲੋਂ ਤਾਂ ਪੰਜਾਬ ਦੇ ਪ੍ਰਾਇਮਰੀ ਸਕੂਲ ਦੇ ਪਹਿਲੀ ਦੇ ਜਵਾਕ ਨੂੰ ਪਤਾ ਹੋਣਾ ਵੀ ਭਾਈ ਕਿਹੜੀ ਗੱਲ ਕਿੱਥੇ ਕਰਨੀ ਆ। ਤੁਸੀਂ ਤਾਂ ਜਬੜੀਆਂ ਮਾਰੀ ਜਾਂਦੇ ਹੋ, ਜਬੜੀਆਂ ਹੀ ਮਾਰੀ ਜਾਂਦੇ ਹੋ ਸਾਰਾ ਦਿਨ, ਅਸੀਂ ਐਂ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਫਿਰ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢ ਲੈਂਦੇ ਹੋ। ਜੇ ਕੋਈ ਤੁਹਾਨੂੰ ਸਵਾਲ ਕਰਦਾ ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਵੀ ਮਾਂ ਭੈਣ ਦਾ ਕੀ ਕਸੂਰ ਆ ਵੀ, ਮਾਂ ਨੇ ਤਾਂ ਤੁਹਾਨੂੰ ਕਿਹਾ ਨਹੀਂ ਜਾ ਕੇ ਟਿਕਟੋਕ 'ਤੇ ਐਪ ਬਣਾ ਕੇ ਲਾਈ ਬੈਠੋ, ਭੈਣ ਨੇ ਤਾਂ ਕਿਹਾ ਨਹੀਂ ਵੀ ਭਾਈ ਜਾ ਕੇ ਕਿਸੇ ਦੀ ਭੈਣ ਨੂੰ ਗਾਲਾਂ ਕੱਢ, ਅਤੇ ਇਹ ਕੋਈ ਬਗਾਨੇ ਨਹੀਂ ਹੈਗੇ, ਇਹ ਤੁਹਾਡੇ ਆਪਣੇ ਵੀ ਹੈ ਨਹੀਂ, ਇਹ ਬਹਿਰੂਪੀਏ ਨੇ, ਬਹਿਰੂਪੀਏ। ਇਹ ਸ਼ੇਰਾਂ ਦੀ ਖੱਲ ਦੇ ਵਿੱਚ, ਤੁਸੀਂ ਉਹ ਕਾਰਟੂਨ ਦੇਖੇ ਆ ਭੇੜੀ ਵਾਲੇ ਕਾਰਟੂਨ ਮੋਗਲੀ, ਉਹ ਕਈ ਵਾਰੀ ਝੁੰਡ ਦੇ ਵਿੱਚ ਆ ਕੇ ਬਗੀਰਾ ਬਹਿੰਦਾ ਸੀਗਾ, ਬਗੀਰਾ ਸੀ ਉਹ ਸ਼ੇਰ, ਹਾਂ ਉਹ ਆ ਕੇ ਬਹਿੰਦਾ ਸੀ ਵੀ ਸ਼ਾਇਦ ਮੈਂ ਮੋਗਲੀ ਨੂੰ ਅੱਜ ਸ਼ਿਕਾਰ ਕਰ ਲੂੰ ਮੋਗਲੀ ਦਾ। ਇਹ ਉੱਦਾਂ ਦੇ ਲੋਕ ਆ ਤੁਹਾਡੇ ਵਿੱਚ ਬਹਿ ਕੇ, ਤੁਹਾਡੇ ਵਾਲੇ ਕੱਪੜੇ, ਤੁਹਾਡਾ ਪਹਿਰਾਵਾ ਪਾ ਕੇ ਬਹਿੰਦੇ ਆ, ਪਰ ਇਹ ਸ਼ਿਕਾਰ, ਪਰ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਮੋਗਲੀ ਉਹ ਕੀ ਐ ਭਗਾ ਕੇ ਮਾਰਦਾ ਸੀ, ਮੂੰਹ ਪਾ ਦਿੰਦਾ ਸੀ, ਭਾਈ ਉਹ ਤਾਂ ਮੋਗਲੀ ਸੀ। ਇੱਧਰ ਤਾਂ ਭਾਈ ਫੋਨਾਂ ਦੇ ਵਿੱਚ ਹਰੀ ਸਿੰਘ ਨਲੂਆ ਜੀ ਦੀ ਫੋਟੋ ਲਾ ਲਓ, ਕਦੇ ਵੀ ਤੁਹਾਡੀ ਜਵਾਨ ਸਲਿੱਪ ਨਹੀਂ ਕਰਦੀ, ਚਾਹੇ ਆਪਣੇ ਹੋ ਚਾਹੇ ਬਗਾਨੇ ਹੋ। ਸੋ ਤਕਦੀਰ ਕੌਰ ਜੀ ਫਤਿਹ ਸਾਂਝੀ ਕਰ ਰਹੇ ਨੇ, ਸੋ ਸ਼ੇਅਰ ਕਰਦਾ ਕਰੋ ਪ੍ਰੋਗਰਾਮ ਜੇ ਚੰਗਾ ਲੱਗਦਾ ਹੁੰਦਾ ਜੀ, ਸਾਰੇ ਭੈਣ ਭਰਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ।